ورحمۃ اللہ وبرکاتہ. الحمد للہ نحمدہ ونستعینہ ونستغفرہ ونؤمن به ونتوكل عليه ونعوذ بالله من شرور أنفسنا ومن سيئات أعمالنا من يهده الله فلا مضل له ومن يضلله فلا هادي له أشهد أن لا إله إلا الله وحده وحده لا شريك له وأشهد أن محمدا عبده ورسوله أما بعد فإن خير الحديث كتاب الله وخير الهدي هدي محمد صلى الله عليه وآله وسلم وشر الأمور محدثاتها وكل محدثة بدعة وكل بدعة ضلالة وكل ضلالة في النار اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد أعوذ بالله السميع العليم من الشيطان الرجيم بسم الله الرحمن الرحيم والذي جاء بالصدق وصدق به والذي جاء بالصدق وصدق به أولئك
কাহমল মোত্তাকো আল্লাহ তাআলা দি হামদ ও সানা তো বাদ বেশমার লা তাদা দরুদ ও সালাম ইমামে কায়নাত হযরত মুহাম্মদুর রাসূলুল্লাহ গুঞ্জ পা দেও গুঞ্জ ঠান্ড পে যায় সরকার দা নাম সুন কে জনাবে মুহাম্মদ সাল্লাল্লাহু আলাইহি ওয়া আলিহি ওয়াসাল্লাম দি জাতে গ্রামী তে আল্লাহ আপনে মুস্তাফা তে করোড়া রহমতা নাজিল ফরমায়ে দোস্তো বুজুর্গো আল্লাহ ওর ওদের রসূল দি গল ধ্যান নাল সুনিয়া করো আজ দে আজিম ও শান খুতবা জুমা আন্দর আল্লাহ মালিক দি তৌফিক নাল তোয়াডে দোস্তান বুজুর্গা ওর মা বাপ আপনে আসাতদা দি দোয়া নাল আল্লাহ দি রহমত নাল ওর ওদের খাস ফজল ওর করম দে নাল ইনশাআল্লাহ নবী আলাইহিস সালাম দা যারা সব তো পহলা উম্মতি জিনো হযরত আবু বকর সিদ্দিক বলো রাদিয়াল্লাহু তাআলা আনহু ওনা দি সিরত দিয়া চাঁদ চলকিয়া বয়ান করাঙ্গা দোয়া ফরমাও আল্লাহ মেনু সহি সহি বয়ান করণ দি তৌফিক আতা ফরমাত ওর মেনু ਇਸ ਬਾਤ ਦੀ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਸ਼ਾਮ ਕੋੜ ਦੇ ਇਹਨਾਂ ਬੱਚਿਆਂ ਨੂੰ ਵੀ ਇਹ ਜਜ਼ਬਾ ਔਰ ਸ਼ੌਕ ਹੈ ਕਿ ਕਮੋ ਪੇਸ਼ ਤਿੰਨ ਦਿਨ ਤੋਂ ਮੁਸਲਸਲ ਮੈਨੂੰ ਬਾਰ ਬਾਰ ਇਹੋ ਹੀ ਫਰਮਾਇਸ਼ ਹੈ ਇਹ ਨਿੱਕੇ ਨਿੱਕੇ ਬੱਚਿਆਂ ਦੀ ਫਰਮਾਇਸ਼ ਹੈ ਯਾਨੀ ਬੱਚਿਆਂ ਨੂੰ ਵੀ ਜਜ਼ਬਾ ਇੱਥੋਂ ਸਾਬਤ ਹੁੰਦਾ ਹੈ ਇਹਨਾਂ ਬੱਚਿਆਂ ਨੂੰ ਵੀ ਜਜ਼ਬਾ ਮੁਹੱਬਤ ਤੇ ਪਿਆਰ ਸਿਹਾਬਾ ਨਾਲ ਔਰ ਨਬੀ ਅਲੈਹ ਸਲਾਮ ਦੇ ਯਾਰਾਂ ਨਾਲ ਮੈਨੂੰ ਬਾਰ ਬਾਰ ਮਜਬੂਰ ਕੀਤਾ ਗਿਆ ਵਰਨਾ ਮੈਂ ਅੱਜ ਨਬੀ ਅਲੈਹ ਸਲਾਮ ਦੀ ਆਪ ਦੀ ਪਦਾਇਸ਼ ਤੋਂ ਪਹਿਲੇ ਜੋ ਹਾਲਾਤ ਸਨ ਉਹ ਬਿਆਨ ਕਰਨਾ ਚਾਹੁੰਦਾ ਸੀ ਲੇਕਿਨ ਇਹਨਾਂ ਸਾਥੀਆਂ ਦੀ ਇਸਰਾਰ ਦੀ ਵਜ੍ਹਾ ਕਰਕੇ ਖਸੂਸਨ ਇੱਕ ਬੱਚਾ ਅਹਿਮਦ ਬਾਰ ਬਾਰ ਇਸਰਾਰ ਕਰ ਰਿਹਾ ਸੀ ਅਹਿਮਦ ਖਾਲਿਸ ਸਿੱਦੀਕ ਅੱਲਾ ਉਸ ਬੱਚੇ ਨੂੰ ਅੱਲਾ ਮਜ਼ੀਦ ਅੱਲਾ ਦੀਨ ਵਾਲਾ ਬਣਾ ਦੇ ਜਿੰਨੇ ਵੀ ਸ਼ਾਮ ਕੋੜ ਦੇ ਜਿੰਨੇ ਵੀ ਅੱਲਾ ਜੁਮਾ ਪੜਨ ਵਾਸਤੇ ਇੱਥੇ ਆਏ ਨੇ ਸਾਰਿਆਂ ਦੇ ਬੱਚਿਆਂ ਨੂੰ ਮੇਰੇ ਮਾਲਕਾ ਦੀਨ ਦਾ ਮੁਬੱਲਗ ਬਣਾ ਦੇ ਤਵੱਜੋ ਨਾਲ ਧਿਆਨ ਨਾਲ ਅੱਲਾ ਉਹਦੇ ਰਸੂਲ ਦੀ ਗੱਲ ਸੁਣਨੀ ਇੱਕ ਬਾਤ ਯਾਦ ਰੱਖ ਲਓ ਜਿਹੜੀ ਕਿਸੇ 'ਚ ਖੂਬੀ ਹੋਏ ਨਾ ਉਹ ਬਿਆਨ ਕਰਨੀ ਚਾਹੀਦੀ ਕੰਜੂਸੀ ਨਹੀਂ ਕਰਨੀ ਚਾਹੀਦੀ ਨਾ ਬਖੀਲੀ ਕਰਿਆ ਕਰੋ ਨਾ ਕੰਜੂਸੀ ਕਰਿਆ ਕਰੋ ਮੁਸਲਮਾਨ ਦੀ ਖੂਬੀ ਬਿਆਨ ਕਰਨਾ ਇਹ ਵੀ ਮੇਰੇ ਪਾਕ ਮੁਹੰਮਦ ਦੀ ਸੁਨਤ ਹੈ ਜੋ ਕਿਸੇ 'ਚ ਖੂਬੀ ਹੋਵੇ ਨਾ ਉਹ ਬਿਆਨ ਕਰਨੀ ਚਾਹੀਦੀ ਦੁਆ ਕਰੋ ਅੱਲਾਹ ਸਾਰੇ ਸ਼ਾਮ ਕੋੜ ਦੇ ਹਾਲ ਤੇ ਰਹਿ ਫਰਮਾ ਦੇ ਤਵੱਜੋ ਨਾਲ ਧਿਆਨ ਨਾਲ ਜਿਵੇਂ ਉੱਚੀ ਆਮੀਨ ਆਜੀ ਸਲੀਮ ਕੱਲਾ ਹੀ ਬੋਲੀ ਜਾਂਦਾ ਸੁਨਿਆਰਾ ਸਾਰੇ ਬੋਲਿਆ ਕਰੋ ਅੱਲਾਹ ਸਾਰੇ ਸ਼ਾਮ ਕੋਟ ਦੇ ਹਾਲ ਤੇ ਰਹਿਮ ਫਰਮਾਤ ਅੱਲਾਹ ਹੁਸ਼ਿਆਰ ਹੋ ਕੇ ਬੇਦਾਰ ਹੋ ਕੇ ਬੈਠਿਆ ਕਰੋ ਨਬੀ ਅਲੈਹ ਸਲਾਮ ਦਾ ਉਹ ਸਿਹਾਬੀ ਤਵੱਜੋ ਨਾਲ ਧਿਆਨ ਨਾਲ ਕਿ ਜਿੰਨੇ ਆਪ ਸਰਕਾਰ ਦੀ ਨਬੂਵਤ ਦੇ ਐਲਾਨ ਕਰਨ ਤੋਂ ਪਹਿਲਾਂ ਵੀ ਨਬੀ ਅਲੈਹ ਸਲਾਮ ਨਾਲ ਵਫਾ ਕਰਕੇ ਵਿਖਾਈਏ ਇਹ ਐਸਾ ਅਜ਼ੀਮ ਇਨਸਾਨ ਹੈ ਜਿਹਨੇ ਨਬੀ ਅਲੈਹ ਸਲਾਮ ਦੀ ਨਬੂਵਤ ਦੇ ਐਲਾਨ ਕਰਨ ਤੋਂ ਪਹਿਲਾਂ ਇਹਨੇ ਵਫਾ ਕਰਕੇ ਵਿਖਾਈ ਔਰ ਇਹ ਐਸਾ ਸਿਹਾਬੀ ਆਪ ਸਰਕਾਰ ਸਫਾ ਪਹਾੜੀ ਤੇ ਚੜ ਕੇ ਨਬੀ ਅਲੈਹ ਸਲਾਮ ਨੇ ਜਿਸ ਟਾਈਮ ਆਪ ਨੂੰ ਨਬੂਵਤ ਦਾ ਅਸਮਾਨ ਵਾਲੇ ਹੁਕਮ ਦਿੱਤਾ ਨਾ ਇਧਰੋਂ ਆਪ ਫਰਮਾਨ ਲੱਗੇ ਨਬੀ ਅਲੈਹ ਸਲਾਮ ਕਹਿਣ ਲੱਗੇ ਮੇਰੇ ਯਾਰ ਅਬੂ ਬਕਰ ਰਜ਼ੀ ਅੱਲਾਹੁ ਤਾਲਾ ਅਨਹੁ
ਕੰਜੂਸੀ ਨਹੀਂ ਕਰਨੀ, ਬਖੇਲੀ ਨਹੀਂ ਕਰਨੀ। ਜੇ ਹਾਫਜ਼ ਹਰੋਂ ਦੇ ਪਿੱਛੇ ਜੁਮਾ ਪੜਨਾ ਆਏ ਤੇ ਬੋਲਣਾ ਪੈਗਾ, ਨਬੀ ਪਾਕ ਦਾ ਨਾਮ ਆਏ ਦਰੂਦ ਪਾਕ ਦੀ ਛਲ ਪਾਣੀ, ਸਹਾਬੀ ਦਾ ਨਾਮ ਆਏ ਰਜ਼ੀ ਅੱਲਾਹੁ ਅਨਹੁ ਕਹਿਣਾ, ਸਹਾਬੀਆ ਦਾ ਨਾਮ ਆਏ ਰਜ਼ੀ ਅੱਲਾਹੁ ਅਨਹਾ। ਜੇ ਅੱਲਾ ਦੇ ਨੇਕ ਵਲੀ ਦਾ ਨਾਮ ਆਏ ਰਹਿਮਤੁਲਾਹ ਅਲੈਹ, ਸੁਣ ਲਓ ਧਿਆਨ ਦੇ ਨਾਲ। ਨਬੀ ਅਲੈਹ ਸਲਾਮ ਫਰਮਾਣ ਲੱਗੇ, ਓਏ ਮੇਰੇ ਯਾਰ ਅਬੂ ਬਕਰ ਰਜ਼ੀ ਅੱਲਾਹੁ ਤਾਲਾ ਅਨਹੁ, ਅਬੂ ਬਕਰ ਜੀ ਅੱਲਾ ਦਾ ਪੈਗਾਮ ਆ ਗਿਆ ਏ, ਅੱਲਾ ਨੇ ਮੈਨੂੰ ਨਬੀ ਬਣਾ ਦਿੱਤਾ, ਮੈਂ ਨਬੀ ਬਣ ਗਿਆ। ਉਹ ਨਬੀ ਅਲੈਹ ਸਲਾਮ ਦੀ ਜ਼ਬਾਨ ਵਿੱਚੋਂ ਹਾਲੇ ਇੰਨਾ ਨਿਕਲਿਆ ਏ, ਅਬੂ ਬਕਰ ਮੈਂ ਨਬੀ ਬਣ ਗਿਆ ਵਾ। ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾ, ਬੋਲੋ ਬੋਲੋ ਰਜ਼ੀ ਅੱਲਾਹੁ ਤਾਲਾ ਅਨਹੁ, ਇਹਨਾਂ ਦੂਸਰਾ ਸਾਹ ਵੀ ਨਹੀਂ ਲਿਆ, ਯਾਨੀ ਇੱਕ ਮਿੰਟ ਵੀ ਨਹੀਂ ਸੋਚਿਆ, ਇੱਕ ਮਿੰਟ ਵੀ ਨਹੀਂ ਸੋਚਿਆ। ਉਧਰ ਸਰਕਾਰ ਨੇ ਆਖਿਆ ਮੈਂ ਨਬੀ ਆਂ, ਇੱਧਰ ਖਲੀ ਬਾਂ ਕਰਕੇ ਆਂਦਾ ਆਂਦਾ ਸ਼ਹਾਦੁ ਅੱਲਾਹ ਇਲਾਹਾ ਇਲਲਲਾਹ। ਪਹਿਲੀ ਪਹਿਲੀ ਦਫਾਈ ਇਹ ਕਲਮਾ ਪੜ ਕੇ ਤੇ ਮੁਸਲਮਾਨ ਬਣ ਗਿਆ, ਇਹਦੀਆਂ ਨਜ਼ਰਾਂ ਮੇਰੇ ਪਾਕ ਮੁਹੰਮਦ ਤੇ ਪੈ ਗਈਆਂ। ਕਲਮਾ ਪੜਨ ਤੋਂ ਬਾਅਦ ਹੁਣ ਸਹਾਬੀ ਰਸੂਲ ਵਾਲਾ ਇਹਨੂੰ ਸ਼ਰਫ ਹਾਸਲ ਹੋ ਗਿਆ ਏ, ਇਹ ਕੌਣ ਅਬੂ ਬਕਰ ਰਜ਼ੀ ਅੱਲਾਹੁ ਤਾਲਾ ਅਨਹੁ, ਅੱਲਾ ਦੇ ਪਾਕ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਸੱਲਮ। ਆ ਮੇਰਾਜ ਦੀ ਰਾਤ ਅੱਲਾ ਦੇ ਹਾਂ ਸੱਤਿਆ ਸਮਾਨ ਕਰਾਸ ਕਰ ਗਏ, ਇਹ ਨਕਸ਼ਾ ਕੁਰਾਨ ਬਿਆਨ ਕਰ ਰਿਹਾ। ਸੁਬਹਾਨ ਅਲਾਜ਼ੀਮ ਅਸਰਾ ਬਿਅਬਦਿਹਿਮ ਲੈਲਾ ਮਿਨਲ ਮਸਜਿਦਿਲ ਹਰਾਮ ਇਲਲ ਮਸਜਿਦਿਲ ਅਕਸਾ ਇਲਲ ਮਸਜਿਦਿਲ ਅਕਸਾ। ਇਹਦਾ ਤਰਜਮਾ ਸਾਡਾ ਬਾਬਾ ਇਹਨੇ ਕਰ ਗਏ, ਅੱਲਾ ਦੇ ਨੇ ਸੁੱਤੇ ਰਹਿਣ ਸਿੱਦੀਕ ਫਾਰੂਕ ਹੋਰੀ, ਸੁੱਤੇ ਰਹਿਣ ਸਿੱਦੀਕ ਫਾਰੂਕ ਹੋਰੀ, ਤੂੰ ਫਲਕਾਂ ਤੇ ਆ ਜਾਮ ਚੁੱਪ ਕਰਕੇ, ਸੁੱਤੇ ਰਹਿਣ ਸਿੱਦੀਕ ਫਾਰੂਕ ਹੋਰੀ, ਤੂੰ ਫਲਕਾਂ ਤੇ ਆ ਜਾਮ ਚੁੱਪ ਕਰਕੇ, ਬੁਰਾਕ ਤੇ ਚੜ ਕੇ ਲੈਲ ਸਰਾਮ ਅਕਸਾਰ ਸਜਾ ਜਾਮ ਚੁੱਪ ਕਰਕੇ, ਅਕਸਾ ਦੇ ਵਿੱਚ ਨੇ ਨਿਸ਼ਾਨ ਗਈ, ਉਹ ਸੋਨਿਆ ਬਣਾਏ ਮੈਂ ਤੇਰੇ ਵੇਖਣ ਲਈ, ਮੂੰਹ ਅੱਡ ਅੱਡ ਵੇਂਦੇ ਸਾਰੇ ਨਬੀ, ਦੋ ਰਕਤਾਂ ਫੜਾ ਜਾਮ ਚੁੱਪ ਕਰਕੇ, ਮੇਰੇ ਮਲਕ ਤੇ ਹੂਰਾਂ ਤਿਸ ਦੇਨੇ, ਸੋਨੀ ਸ਼ਕਲ ਵਖਾ ਜਾਮ ਚੁੱਪ ਕਰਕੇ। ਆਪ ਸਰਕਾਰ ਮੇਰਾਜ ਤੋਂ ਵਾਪਸ ਆਏ, ਅੱਲਾ ਸੋਨਿਆ ਮੇਰੀ ਗੱਲ ਮੰਨਣੀ ਕਿੰਨੇ ਆਮ, ਮੈਂ ਆਖਿਆ ਮੈਂ ਰਾਤੋਂ ਰਾਤ ਜ਼ਮੀਨ ਤੋਂ ਮਸਤੇ ਅਕਸਾ ਵੀ ਗਿਆ, ਸੱਤਾਂ ਸਮਾਨਾਂ ਦੀ ਸੈਰ ਕਰਕੇ ਵੀ ਆ ਗਿਆ। ਅੱਲਾ ਪਾਕ ਫਰਮਾਉਂਦੇ ਨੇ ਓ ਸੋਨਿਆ ਓਏ ਮੇਰੇ ਯਾਰਾ, ਜ਼ਮੀਨ ਤੇ ਕੋਈ ਮੰਨੇ ਜਾਂ ਨਾ ਮੰਨੇ, ਓਏ ਕੋਈ ਤੇਰੀ ਤਸਦੀਕ ਕਰੇ ਜਾਂ ਨਾ ਕਰੇ, ਵੱਲਾ ਜੀ ਜਾ ਅਬੀ ਸਿਦਕ ਵਸਦਾ ਕਬੀ, ਸੋਨਿਆ ਕੋਈ ਮੰਨੇ ਜਾਂ ਨਾ ਮੰਨੇ ਤੇਰਾ ਯਾਰ ਅਬੂ ਬਕਰ ਜ਼ਰੂਰ ਮੰਨ ਲਵੇਗਾ। ਇਹ ਕਿੰਨੇ ਆਖਿਆ ਦੱਸੋ ਹਾਂ ਭਲਾ,
दसो किन्ने आखे है अल्लाह दे सोनिया कोई मने ते या ना मने कोई मने या ना मने जमीन दे तेरा यार अबू बकर जरूर मन लेगा अबू बकर जरूर इंदी तस्दीक कर देगा फिर वाकया तानी हजरत अबू बकर सिद्दीक रजी अल्लाह तआला ने इना तस्दीक करके वफा दीती अबू जाल बेईमान ने आ कुंडी खड़काई आंदे अबू बकर एक बंदा जो आखे मैं रातों रात सत्ता आसमाना दी सैर कर लई ओए अबू बकर तेरी अकल मन दिए के नहीं हजरत अबू बकर सिद्दीक रजी अल्लाह तआला ने ए फरमान लगे ओए अबू जाला आख्या किन्ने आम आंदे तेरे यार मुहम्मद आखे आई सल्लल्लाहु अलैहि वसल्लम अबू जाल दा ज़ेहन सी अबू बकर मजाक बनाएगा ओए सदके जाम अबू जाला तेनों की पता है ओए बदबख्ता तेनों की पता है अज गल किंदे नाल करन लग गए हजरत अबू बकर सिद्दीक रजी अल्लाह तआला नु आंदे ने अबू जाला रात दियां गल्लां ते बड़ी दो दियां गल्लां ने जे मेरे यार दा ना लियाई मेरा यार ते इक मिंट ते सत्त आसमाना दियां सारियां गल्लां ही सुना देवेगा अबू बकर जिन्हें तस्दीक कर दी कुरान आंदे एक कौन अबू बकर जिंदे दरवाजे ते नबूवत ताब चल के गई ऐन दोपहर दा टाइम अल्लाह दे पाक पैगंबर जाना बे मुहम्मद दुरूदे पाक फिर पढ़ो जाना बे मुहम्मद बार वाले भी बोलो जाना बे मुहम्मद बोलना दरूदे पाक नहीं पढ़ना मना वो हिलना चुलना मना है फजूल गल करनी मना है हिलना चुलना मना है उधर वेख इधर वेख तीले तोड़ ध्यान लगना मना है दरूदे पाक दे पढ़ जुमे दा दिर रहमत दा नज़ूल हो जाएगा पढ़ दरूदे पाक जनाबे मुहम्मद सल्लल्लाहु अलैहि वसल्लम नबी अलैहि सलाम ऐन दोपहर दे टाइम अपने यार अबू बकर सिद्दीक रजी अल्लाह तआला अन्हु जफर साहब सोना ने तवज्जो दे नाल गल्लां बड़ियां कीमती शायद के उतर जाए किसी के दिल में मेरी बात होशियार हो के बेदार हो के जुमे दा खुतबा पढ़िया करूं क्योंकि सत्ता दिना दे गुना अल्लाह ने मुआफ कर दे नहीं सोने आम आप सरकार जा दरवाजा खड़काया हजरत अबू बकर सिद्दीक अंदरों बाहर आए ते वेख्या ते नबी अलैहि सलाम खड़े ने आप सरकार नु वेख के कहन लगे आदने सोने आम एडी गर्मी दा मौसम मैं बहु बात तुसी क्यों आए जे मैनु आखना सी गुलामी चल के आ जांदा तुसी क्यों आए जे मैनु आखना सी मैं गुलामी चल के आ जांदा आ फरमान लगे अबू बकर अल्लाह दा हुक्म सी ते मैं ता आया अबू बकर सिद्दीक फरमान लगे आदरे सोने अल्लाह दा की हुक्म है आ फरमान लगे अबू बकर अल्लाह खंडा ए मक्के नु सलाम करके तुसी मदीने चले जाओ अबू बकर सिद्दीक फरमान लगे आदरे सोने अल्लाह ने होर की आखे आ फरमान लगे अबू बकर अल्लाह ने तेरा नाम लेके आखे ओनू भी नाल ले जाओ अल्लाह ने आसमान ते तेरा नाम लेके आखे अबू बकर भी नाल ले जाओ मुअर्रखीन लिखे है हजरत अबू बकर सिद्दीक रजी अल्लाह तआला अन्हु इन्हां दी अखां च पानी आ गए ने हालांकि नबी ने सलाम ने एक बार दस दिता अबू बकर अल्लाह ने आखे अबू बकर भी नाल ले जाओ लेकिन दोबारा जान बुझ के दोबारा पूछया मेरे
ਮੁਸਤਫਾ ਦੇ ਮੂੰਹ ਵਿੱਚੋਂ ਇਹ ਤਸਦੀਕ ਕਰਨਾ ਚਾਹੁੰਦੇ ਨਬੀ ਅਲੈਹ ਸਲਾਮ ਦੀ ਤਿੰਨ ਵਾਰਾਂ ਮੋਹਰ ਲਾਉਣਾ ਚਾਹੁੰਦੇ ਆਦਨੇ ਸੋਹਣਿਆ ਅੱਲਾਹ ਨੇ ਮੇਰਾ ਨਾਂ ਲੈ ਕੇ ਆਖੇ ਆ ਫਰਮਾਨ ਲੱਗੇ ਹਾਂ ਅਬੂ ਬਕਰ ਅੱਲਾਹ ਨੇ ਤੇਰਾ ਨਾਂ ਲਿਆ ਤੀਸਰੀ ਵਾਰਾਂ ਫਿਰ ਆਖਿਆ ਆਦਨੇ ਸੋਹਣਿਆ ਕਿ ਅੱਲਾਹ ਨੇ ਮੇਰਾ ਨਾਂ ਲਿਆ ਆ ਫਰਮਾਨ ਲੱਗੇ ਅਬੂ ਬਕਰ ਹਾਂ ਅੱਲਾਹ ਨੇ ਤੇਰਾ ਨਾਂ ਲਿਆ ਤਿੰਨ ਵਾਰਾਂ ਨਬੀ ਅਲੈਹ ਸਲਾਮ ਨੇ ਆਖਿਆ ਅਬੂ ਬਕਰ ਅੱਲਾਹ ਨੇ ਤੇਰਾ ਨਾਂ ਲਿਆ ਓਏ ਕੁਦਰਤ ਇਲਾਹੀ ਦੇ ਅੰਦਾਜ਼ ਵੀ ਅਜੀਬ ਨੇ ਕੁਦਰਤ ਇਲਾਹੀ ਦੇ ਅੰਦਾਜ਼ ਵੀ ਅਜੀਬ ਨੇ ਕਿੰਨੇ ਉੱਚੇ ਵੇਖੋ ਨਾਮ ਓਏ ਲੋਕਾਂ ਦੇ ਨਸੀਬ ਨੇ ਜਿੰਨਾਂ ਲਈ ਆਇਆ ਏ ਪੈਗਾਮ ਸਾਡੇ ਅੱਲਾਹ ਦਾ ਕਿੰਨਾ ਉੱਚਾ ਸ਼ਾਨ ਤੇ ਮੁਕਾਮ ਸਾਡੇ ਅੱਲਾਹ ਦਾ ਓਏ ਕਿੰਨਾ ਉੱਚਾ ਸ਼ਾਨ ਤੇ ਮੁਕਾਮ ਸਾਡੇ ਅੱਲਾਹ ਦਾ ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਅਨਹੁਮ ਅੰਮਾ ਜੀ ਆਇਸ਼ਾ ਸਿੱਦੀਕਾ ਫਰਮਾਨ ਲੱਗੀਆਂ ਮੈਂ ਆਪਣੇ ਬਾਬੇ ਦੇ ਚਿਹਰੇ ਵੱਲੇ ਤੱਕ ਰਹੀ ਸਾਂ ਮੇਰੇ ਅੱਬੂ ਦੀ ਅੱਖਾਂ 'ਚ ਪਾਣੀ ਆ ਰਹੇ ਸਨ ਮੈਂ ਆਖਿਆ ਅੱਬੂ ਜੀ ਅੱਜ ਤੇ ਤੁਸੀਂ ਰੋ ਕਿਉਂ ਪੈ ਜੇ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਅਨਹੁਮ ਕਹਿਣ ਲੱਗੇ ਬੇਟੀ ਆਇਸ਼ਾ ਅੱਜ ਇਸ ਵਾਸਤੇ ਰੋ ਪਿਆ ਅਬੂ ਕਹਾਵਾ ਕਿੱਥੇ ਤੇ ਅੱਲਾਹ ਦੀ ਜ਼ਬਾਨ ਕਿੱਥੇ ਅੱਜ ਮੇਰਾ ਨਾਂ ਅੱਲਾਹ ਦੀ ਮੁਕੱਦਸ ਜ਼ਬਾਨ ਤੇ ਆ ਗਏ ਅੱਜ ਖੁਸ਼ੀ ਨਾਲ ਹੀ ਮੈਨੂੰ ਆਸੋ ਆ ਗਏ ਇਹ ਕੌਣ ਅਬੂ ਬਕਰ ਏ ਅੱਲਾਹ ਦੇ ਪਾਕ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਸੱਲਮ ਆਪ ਸਰਕਾਰ ਪਹਾੜੀ ਤੇ ਚੜ ਰਹੇ ਸਨ ਹਜ਼ਰਤ ਅਬੂ ਬਕਰ ਸਿੱਦੀਕ ਇਹ ਕਦੀ ਵੱਜ ਕੇ ਸੱਜੇ ਮਣੇ ਆ ਜਾਂਦੇ ਮੇਰੇ ਪਾਕ ਮੁਹੰਮਦ ਇਹ ਕਦੀ ਵੱਜ ਕੇ ਖੱਬੇ ਮਣੇ ਆ ਜਾਂਦੇ ਕਦੀ ਅੱਗੇ ਆ ਜਾਂਦੇ ਕਦੀ ਪਿੱਛੇ ਆ ਜਾਂਦੇ ਆਪ ਫਰਮਾਉਂਦੇ ਨੇ ਅਬੂ ਬਕਰ ਅੱਜ ਕਿਵੇਂ ਚੱਕਰੀ ਕੱਢੀ ਜਾਂਦਾ ਆਂਦਾ ਸੋਹਣਿਆ ਜੇ ਸੱਜੇ ਮਣੇ ਆਣਾ ਮੈਨੂੰ ਖਤਰਾ ਆਉਂਦਾ ਕੋਈ ਮੇਰੇ ਯਾਰ ਤੇ ਖੱਬੇ ਮਨੋਂ ਹਮਲਾ ਨਾ ਕਰ ਦੇ ਮੈਂ ਨਸ ਕੇ ਖੱਬੇ ਮਨ ਆ ਜਾਣਾ ਜੇ ਮੈਂ ਖੱਬੇ ਪਾਸੇ ਆਣਾ ਮੇਰੇ ਸਿਰ ਤੇ ਡਰ ਆਉਂਦਾ ਕੋਈ ਜ਼ਾਲਮ ਅੱਗੋਂ ਨਾ ਹਮਲਾ ਕਰ ਦੇ ਮੈਂ ਨਸ ਕੇ ਅੱਗੇ ਆ ਜਾਣਾ ਜੇ ਅੱਗੇ ਆਣਾ ਤੇ ਮੈਨੂੰ ਖਤਰਾ ਲੱਗਦਾ ਕੋਈ ਨਬੀ ਅਲੈਹਿ ਸਲਾਮ ਦੇ ਪਿੱਛੋਂ ਆ ਕੇ ਹਮਲਾ ਨਾ ਕਰ ਦੇ ਮੈਂ ਨਸ ਕੇ ਪਿੱਛੇ ਆ ਜਾਣਾ ਓਏ ਕਿੰਨਾ ਪਿਆਰ ਹੈ ਮੇਰੇ ਮੁਸਤਫਾ ਦੇ ਨਾਲ ਹਜ਼ਰਤ ਅਬੂ ਬਕਰ ਸਿੱਦੀਕ ਨੂੰ ਰਜ਼ੀ ਅੱਲਾਹੁ ਤਾਲਾ ਅਨਹੁ ਪਹਾੜੀ ਚੜ੍ਹਦਿਆਂ ਚੜ੍ਹਦਿਆਂ ਹਜ਼ਰਤ ਅਬੂ ਬਕਰ ਸਿੱਦੀਕ ਇਹ ਰੁਕ ਗਏ ਨੇ ਅੱਖਾਂ 'ਚ ਪਾਣੀ ਆ ਗਏ ਆਂਦਨੇ ਮਹਿਬੂਬਾ ਮੈਂ ਅੱਗੇ ਨਹੀਂ ਜਾਣਾ ਆ ਫਰਮਾਨ ਲੱਗੇ ਮੇਰਾ ਯਾਰ ਅਬੂ ਬਕਰ ਅੱਗੇ ਤੁਸਾਂ ਕਿਉਂ ਨਹੀਂ ਜਾਣਾ ਮੇਰੇ ਪਾਕ ਮੁਹੰਮਦ ਦੀਆਂ ਅੱਖਾਂ 'ਚ ਵੀ ਪਾਣੀ ਆ ਗਏ ਆ ਫਰਮਾਨ ਲੱਗੇ ਓਏ ਮੇਰਾ ਯਾਰ ਅਬੂ ਬਕਰ ਅੱਲਾਹ ਨੇ ਤੇਰਾ ਨਾਂ ਲੈ ਕੇ ਆਖਿਆ ਸੀ ਇਹ ਤੇਰਾ ਸੱਚਾ ਯਾਰ ਤੇ ਸੱਚਾ ਵਫਾਦਾਰ ਅਬੂ ਬਕਰ ਯਾਰਾਂ ਨਾਲ ਤੇ ਯਾਰ ਬੇਵਫਾਈਆਂ ਨਹੀਂ ਕਰਦੇ ਅਬੂ ਬਕਰ ਮੈਨੂੰ ਛੱਡ ਦਿੱਤਾ ਈ ਆਖਿਆ ਮਹਿਬੂਬਾ ਨਹੀਂ ਛੱਡਿਆ ਨਹੀਂ ਆਖਿਆ ਅਬੂ ਬਕਰ ਇਹ ਗੱਲ ਕਿਉਂ ਕਰਨਾ ਕਿ ਅੱਗੇ ਨਹੀਂ ਜਾਣਾ ਅਬੂ ਬਕਰ ਸਿੱਧੀ ਕਰਾਉਣ ਲੱਗ ਪੈ ਰਹੇ ਆਂਦਨੇ ਸੋਹਣਿਆ ਇੱਕ ਸ਼ਰਤ ਤੇ ਨਾਲ ਜਾਵਾਂਗਾ ਆ ਫਰਮਾਨ ਲੱਗੇ ਮੇਰਾ ਯਾਰ ਅਬੂ ਬਕਰ ਅੱਜ ਬੋਲ ਕਿਹੜੀਆਂ ਸ਼ਰਤਾਂ ਲਾਣੀਆਂ ਹੀ ਸ਼ਰਤਾਂ ਲਾ ਲੈ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਅਨਹੁ ਇਹ ਕਹਿਣ ਲੱਗੇ ਮਹਿਬੂਬਾ ਇੱਕੋ ਹੀ ਮੇਰੀ ਸ਼ਰਤ ਅਬੂ ਬਕਰ ਜ਼ਿੰਦਾ ਹੋਵੇ ਐ ਤੁਹਾਡੇ ਪੈਰਾਂ ਚੋਂ ਖੂਨ ਸਿਮਰੇ ਇਹ ਮੇਰੇ ਕੋਲੋਂ ਬਰਦਾਸ਼ਤ ਨਹੀਂ ਮੈਂ ਚਾਹਨਾ ਅਬੂ ਬਕਰ ਸਵਾਰੀ ਬਣ ਜਾਏ ਤੇ ਮੁਹੰਮਦ ਸਵਾਰ ਬਣ ਜਾਏ
ਮੈਂ ਇਹ ਜਾਣਾਂ ਤੁਸੀਂ ਮੇਰੇ ਕੰਧਿਆਂ ਤੇ ਸਵਾਰ ਹੋ ਜਾਓ। ਓਏ ਸਦਕੇ ਜਾਵਾਂ ਕਿੰਨਾ ਪਿਆਰ ਅਬੂ ਬਕਰ ਸਿੱਦੀਕ ਨੂੰ ਨਬੀ ਅਲੈਹਿ ਸਲਾਮ ਦੇ ਨਾਲ ਉਹ ਪਹਾੜ ਦੀ ਗਾਰ ਤੇ ਚਲੇ ਗਏ ਨੇ। ਨਬੀ ਅਲੈਹਿ ਸਲਾਮ ਨੂੰ ਹਜ਼ਰਤ ਅਬੂ ਬਕਰ ਫਰਮਾਨ ਲੱਗੇ, ਆਂਦਨੇ ਸੋਹਣਿਆ ਤੁਸੀਂ ਬਾਹਰ ਠਹਿਰੋ, ਮੈਂ ਹੁਣੇ ਅੰਦਰੋਂ ਗਾਰ ਸਾਫ ਕਰਕੇ ਆ ਰਿਹਾ। ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਨੂੰ ਆਪਣੀ ਚਾਦਰ ਫਾੜ ਫਾੜ ਕੇ ਇਹ ਗਾਰ ਦੇ ਅੰਦਰ ਇਹ ਜਿੰਨੇ ਸੁਰਾਖ ਸਨ ਉਹਨਾਂ ਚ ਕੱਪੜਾ ਪਾ ਦਿੱਤਾ, ਕੋਈ ਮੋਜੀ ਚੀਜ਼ ਆ ਕੇ ਨੁਕਸਾਨ ਨਾ ਪਹੁੰਚਾਵੇ। ਇਹ ਕੱਪੜਾ ਖਤਮ ਹੋ ਗਿਆ, ਇੱਕ ਸੁਰਾਖ ਬਾਕੀ ਰਹਿ ਗਿਆ। ਓਏ ਅਬੂ ਬਕਰ ਜੀ, ਤੁਹਾਡੀ ਮੁਹੱਬਤ ਤੋਂ ਕੁਰਬਾਨ ਜਾਵਾਂ। ਮੇਰੇ ਪਾਕ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਅੰਦਰ ਬੁਲਾ ਲਿਆ, ਉਸ ਸੁਰਾਖ ਦੇ ਉੱਪਰ ਆਪਣਾ ਪੈਰ ਰੱਖ ਦਿੱਤਾ, ਨਬੀ ਅਲੈਹਿ ਸਲਾਮ ਦਾ ਸਾਰਾ ਆਪਣੀ ਗੋਦੀ ਵਿੱਚ ਰੱਖ ਲਿਆ। ਓਏ ਕਿੱਥੋਂ ਮੈਂ ਐਸੀ ਮਿਸਾਲ ਪੇਸ਼ ਕਰਾਂ ਮੁਹੱਬਤ ਤੇ ਪਿਆਰ ਦੀ। ਹਜ਼ਰਤ ਅਬੂ ਬਕਰ ਸਿੱਦੀਕ ਬੋਲੋ ਤੇ ਸਹੀ ਰਜ਼ੀ ਅੱਲਾਹੁ ਤਾਲਾ ਅਨਹੁ, ਇਹਨਾਂ ਦੀ ਇਹ ਖਾਹਿਸ਼ ਪੂਰੀ ਹੋ ਗਈ। ਕਿਸੇ ਨੇ ਪੁੱਛਿਆ ਅਬੂ ਬਕਰ ਤੁਹਾਡੀ ਖਾਹਿਸ਼ ਕਿਹੜੀ ਏ? ਆਂਦੇ ਨੇ ਅਨਨਜ਼ਰੋ ਅਨਨਜ਼ਰੋ ਇਲਾ ਵਜਹ ਰਸੂਲਿਲਾ, ਮੇਰੀ ਪਹਿਲੀ ਖਾਹਿਸ਼ ਏਵੇ, ਮੈਂ ਚਾਹਨਾ ਕਿ ਚਿਹਰਾ ਨਬੀ ਪਾਕ ਦਾ ਹੋਵੇ ਤੇ ਅੱਖਾਂ ਅਬੂ ਬਕਰ ਦੀਆਂ ਹੋਣ। ਕਹੋ ਸੁਬਹਾਨ ਅੱਲਾਹ। ਪਹਿਲੀ ਖਾਹਿਸ਼ ਏਵੇ, ਚਿਹਰਾ ਪਾਕ ਮੁਹੰਮਦ ਦਾ ਹੋਵੇ, ਅੱਖਾਂ ਅਬੂ ਬਕਰ ਦੀਆਂ। ਅੱਖਾਂ ਮੈਂ ਵੇਖੀ ਜਾਵਾਂ ਤੇ ਥੱਕਾਈ ਨਾ। ਅੱਲਾ ਨੇ ਖਾਹਿਸ਼ ਪੂਰੀ ਫਰਮਾ ਦਿੱਤੀ। ਦੂਸਰੀ ਖਾਹਿਸ਼ ਮੈਂ ਇਹ ਵੀ ਅੱਗੇ ਜਾ ਕੇ ਬਿਆਨ ਕਰਨਾ, ਹਜ਼ਰਤ ਅਬੂ ਬਕਰ ਸਿੱਦੀਕ ਦੀਆਂ ਤਿੰਨ ਖਾਹਿਸ਼ਾਂ ਅੱਲਾ ਨੇ ਤਿੰਨ ਹੀ ਪੂਰੀਆਂ ਫਰਮਾ ਦਿੱਤੀਆਂ। ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਨੂੰ ਥੱਲੋਂ ਇੱਕ ਸੱਪ ਨਿਕਲਿਆ, ਕਾਲਾ ਨਾਗ ਕਾਲੇ ਮੂੰਹ ਵਾਲਾ। ਕੌਣ ਨਿਕਲਿਆ? ਕਾਲੇ ਮੂੰਹ ਵਾਲਾ ਨਾਗ। ਇੰਜ ਨਾ ਕਾਲੇ, ਇਹਨਾਂ ਕੋਲੋਂ ਨਹੀਂ ਸੀ ਬਰਦਾਸ਼ਤ ਹੋਇਆ ਦੋਵਾਂ ਦਾ ਪਿਆਰ। ਅੱਲਾਹ ਨੂੰ ਪਤਾ ਸੀ ਕਈਆਂ ਨੇ ਕਿਆਮਤ ਤੱਕ ਡੰਗ ਮਾਰਨਾ, ਅੱਲਾਹ ਨੇ ਆਪਣੇ ਮੁਸਤਫਾ ਦੇ ਨਾਲ ਹਮੇਸ਼ਾ ਵਾਸਤੇ ਉੱਥੇ ਸੁਲਾ ਛੱਡਿਆ। ਲੈ ਵਗਦੇ ਰਹੋ, ਹਾਂ ਬੋਲੀ ਜਾਓ। ਅੱਲਾ ਨੇ ਹਮੇਸ਼ਾ ਵਾਸਤੇ ਆਪਣੇ ਮੁਸਤਫਾ ਦੇ ਨਬੀ ਅਲੈਹਿ ਸਲਾਮ ਦੇ ਕੰਧਿਆਂ ਚ ਆਪਦੇ ਨਬੀ ਅਲੈਹਿ ਸਲਾਮ ਦੇ ਆਪਦੇ ਪਹਿਲੂ ਚ ਅੱਲਾ ਨੇ ਹਮੇਸ਼ਾ ਵਾਸਤੇ ਸੁਲਾ ਛੱਡਿਆ। ਥੱਲੋਂ ਕਾਲਾ ਨਾ ਨਿਕਲਿਆ, ਇਹਨੇ ਪੈਰ ਤੇ ਡੰਗ ਮਾਰਿਆ। ਹਾਏ ਅਬੂ ਬਕਰ, ਤੜੀ ਮੁਹੱਬਤ ਨੂੰ ਸਲਾਮ। ਦਰਦ ਬਹੁਤ ਜ਼ਿਆਦਾ ਏ, ਲੇਕਿਨ ਅੱਡੀ ਹਲਾਈ ਨਹੀਂ ਕਿਤੇ ਯਾਰ ਦੀ ਨੀਂਦ ਨਾ ਖਰਾਬ ਹੋ ਜਾ। ਅੱਡੀ ਹਲਾਈ ਨਹੀਂ ਕਿਤੇ ਸਰਕਾਰ ਦੀ ਨੀਂਦ ਨਾ ਖਰਾਬ ਹੋ ਜਾਏ। ਹਜ਼ਰਤ ਅਬੂ ਬਕਰ ਰਜ਼ੀ ਅੱਲਾਹੁ ਤਾਲਾ ਅਨਹੁ ਨਬੀ ਅਲੈਹਿ ਸਲਾਮ ਦਾ ਚਿਹਰਾ ਤੇ ਵੇਖ ਕੇ, ਆਪ ਸਰਕਾਰ ਦਾ ਚਿਹਰਾ ਵੇਖ ਕੇ ਕਹਿ ਰਹੇ ਹੋਣਗੇ, ਦਿਲ ਨਬੀ ਦੇ ਨਜ਼ਾਰੇ ਕੋਲੋਂ ਰੱਜਦਾ ਨਹੀਂ। ਜਿਹਨੂੰ ਸਮਝ ਆਈ ਉਹ ਤੇ ਬੋਲੇ। ਹਜ਼ਰਤ ਅਬੂ ਬਕਰ ਕਹਿ ਰਹੇ ਹੋਣਗੇ ਸਰਕਾਰ ਵੱਲੇ ਵੇਖ ਕੇ, ਦਿਲ ਨਬੀ ਦੇ ਨਜ਼ਾਰੇ ਕੋਲੋਂ ਰੱਜਦਾ ਨਹੀਂ, ਸੋਨਾ ਇਹੋ ਜਿਹਾ ਜੱਗ ਵਿੱਚ ਲੱਭਦਾ ਨਹੀਂ। ਦਿਲ ਨਬੀ ਦੇ ਪਿਆਰ ਕੋਲੋਂ ਰੱਜਦਾ ਨਹੀਂ, ਬਈ ਦਿਲ ਨਬੀ ਦੇ ਪਿਆਰ ਕੋਲੋਂ ਰੱਜਦਾ ਨਹੀਂ, ਸੋਨਾ ਇਹੋ ਜਿਹਾ ਜੱਗ ਵਿੱਚ ਲੱਭਦਾ ਨਹੀਂ। ਆਖਿਆ
آپ خدا جبرائیل تو جا سونے نبی نو لے آ فلک سجدائی نہیں سونے نبی نو لے آ فلک سجدائی نہیں صدیق سچا یار وچریاں لگار صدیق سچا صدیق سچا یار وچریاں لگار کالا کالا ناگ مارے ڈنگ اڈی چکدائی نہیں صدیق سچا یار وچریاں لگار کالا ناگ مارے ڈنگ اڈی چکدائی نہیں بھائی دل نبی دے پیار کولوں رجدائی نہیں بھائی سونا ایہو جیا جگ وچ لبدائی نہیں حضرت ابو بکر رون لگ پینے غار دے اندر پتہ نہیں آسمان تسی کیسا مندر تک رہے ہو گے اس ٹائم اللہ نبی علیہ السلام سوتے پینے کندی گوچے سر رکھ کے تواڈے کولوں پوچھنا حضرت ابو بکر صدیق رضی اللہ تعالی عنہ ایتھے کو ہور بھی مغالتا دور کر دیاں اللہ نے بھی نبیاں تو بعد نمبر رکھے آئے تے صدیقین دا ابو بکر صدیق دا تسی آکھنا دلیل پیش کر قرآن وچوں فاولا انعم اللہ علیہم من النبیین والصدیقین والشہداء والصالحین نبیاں تو بعد درجہ کیندا اے بولو ابو بکر صدیق دا اوئے جبریل وی آندا اے نبیاں تو بعد درجہ صدیق دا مکے دے کافر وی آندے نے نبیاں تو بعد درجہ کیندا اے صدیق دا تسی آکھنا کافراں کدوں آکھیا اے احد میدان دے اندر اللہ دے پاک پیغمبر جناب محمد صلی اللہ علیہ وسلم اے جنگ ٹھنڈی ہو گئی ہے حضرت ابو سفیان اے حال مسلمان نہیں سن بنے بعد اندر اے مسلمان بن گئے رضی اللہ تعالی عنہ اے گھوڑے تے بہ کے انہیں احد میدان دے وچ آ کے انہیں چکر لگا کے اے سامنے کھڑا ہو کے کہن لگا افیکم محمدان صلی اللہ علیہ وسلم اوئے تواڈے تے محمد ہے وین آ فرمان لگے میرے صحابیو چپ کر جاؤں کسے نے جواب نہیں دینا اے ابو سفیان پھر دوبارہ آندا ہے افیکم ابو بکر اوئے تواڈے وچ ابو بکر ہے کہ نہیں اوئے مکے دا سردار ابو سفیان وی دسی جاندا ہے کہ محمد تو بعد جے نہ آئے تے ابو بکر دا جے نبی پاک تو بعد نہ آئے تے بولو کیندا ابو بکر صدیق دا رضی اللہ تعالی عنہ نبی علیہ السلام دا یار اکھاں چ پانی آ گئے ابو بکر دے اے تھلوں سپ ڈنگ ماری جاندا اے اے ڈنگ ماری جاندا ڈنگ ماری جاندا حضرت ابو بکر صدیق نے اپنا پیر نہیں ہلایا کتے سرکار دی نیند نہ خراب ہو جائے اوئے ابو بکر صدیق رضی اللہ عنہ دیاں اکھاں چ پانی آ گیا اینی تکلیف برداشت نہیں کیتی جا رہی اکھاں چ پانی آ گیا اوئے پانی دے قطرے ڈگے میرے پاک محمد دے چہرے تے
ਸੱਲੱਲਾ ਅਲੈਹ ਸੱਲਮ ਅਬੂ ਬਕਰ ਜੀ ਤੁਹਾਡੀ ਅਜ਼ਮਤ ਤੇ ਸ਼ਾਨ ਦੇ ਕਿਆ ਕਹਨੇ ਓਏ ਜੇ ਮੇਰੇ ਨਬੀ ਅਲੈਹ ਸਲਾਮ ਦੇ ਅੱਖਾਂ ਚੋਂ ਪਾਣੀ ਡਿੱਗਿਆ ਮਾਂ ਦੇ ਸੀਨੇ ਤੇ ਅਬੂ ਬਕਰ ਜੀ ਤੁਹਾਡੀ ਅੱਖਾਂ ਦਾ ਪਾਣੀ ਡਿੱਗਾ ਏ ਨਬੀ ਅਲੈਹ ਸਲਾਮ ਦੇ ਚਿਹਰੇ ਤੇ ਥੱਲੇ ਇੱਕ ਡੰਗ ਮਾਰੀ ਜਾਂਦਾ ਇੱਕ ਥੱਲੋਂ ਡੰਗ ਮਾਰੀ ਜਾਂਦਾ ਨਬੀ ਅਲੈਹ ਸਲਾਮ ਆ ਫਰਮਾਨ ਲੱਗੇ ਮੇਰਾ ਯਾਰ ਅਬੂ ਬਕਰ ਆਪਣੀ ਅੱਡੀ ਜ਼ਰਾ ਮੇਰੇ ਕੋਲ ਤੇ ਕਰ ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹ ਤਾਲਾ ਅਨਹੁ ਇਹਨਾਂ ਪੈਰ ਚੁੱਕਿਆ ਓਏ ਮੇਰੇ ਮੁਸਤਫਾ ਨੇ ਲਾਬੇਦਾਨ ਲਾ ਦਿੱਤਾ ਅੱਲਾ ਨੇ ਜ਼ਹਿਰੀ ਖਤਮ ਫਰਮਾ ਦਿੱਤਾ ਓਏ ਜਿੰਦੇ ਪੈਰਾਂ ਤੇ ਜਿੰਦੇ ਪੈਰ ਦੀ ਅੱਡੀ ਤੇ ਨਬੀ ਲੈ ਓ ਜਿੰਦੀ ਪੈਰ ਦੀ ਅੱਡੀ ਤੇ ਨਬੀ ਲੈ ਸਲਾਮ ਦਾ ਲੋਬੇ ਦਾਨ ਲੱਗਿਆ ਉਹਨੂੰ ਆਉਂਦੀ ਅਬੂ ਬਕਰ ਸਿੱਦੀਕ ਰਜ਼ੀ ਅੱਲਾਹ ਤਾਲਾ ਨੂੰ ਹਾਏ ਦੱਸਾਂ ਕੌਣ ਅਬੂ ਬਕਰ ਅੱਲਾ ਦੇ ਪਾਕ ਪੈਗੰਬਰ ਜਾਨਾ ਬੇ ਮੁਹੰਮਦ ਬਾਹਰ ਵਾਲੇ ਵੀ ਗੂੰਜ ਪਾ ਦਿਓ ਜਾਨਾ ਬੇ ਮੁਹੰਮਦ ਸੱਲੱਲਾ ਅਲੈਹ ਸੱਲਮ ਆਪ ਸਰਕਾਰ ਆਪਣੇ ਮਦੀਨੇ ਸ਼ਹਿਰ ਅੰਦਰ ਆਪ ਫਰਮਾਨ ਲੱਗੇ ਲਿਆਓ ਪੈਸੇ ਜਮ੍ਹਾਂ ਕਰਵਾਓ ਚੰਦਾ ਜਮ੍ਹਾਂ ਕਰਵਾਓ ਲਿਆਓ ਫੰਡ ਦੀ ਲੋੜ ਪੈਗੀ ਜਮ੍ਹਾਂ ਕਰਵਾਓ ਓਏ ਸੁਣ ਲਓ ਧਿਆਨ ਦੇ ਨਾਲ ਕੁਰਾਨ ਨੇ ਸ਼ਰਤ ਐਵੇਂ ਨਹੀਂ ਲਾ ਛੱਡੀ ਉਵੇਂ ਹੀ ਮਾਨ ਲਿਆਓ ਜਿਵੇਂ ਮੇਰੇ ਯਾਰ ਦੇ ਯਾਰ ਹੀ ਮਾਨ ਲਿਆਏ ਅੱਲਾ ਸੋਹਣਿਆ ਸ਼ਰਤਾਂ ਕਿਉਂ ਲਾਈਆਂ ਈ ਓਏ ਸੁਣ ਲਓ ਧਿਆਨ ਦੇ ਨਾਲ ਅਸੀਂ ਸੋਚਨੇ ਆ ਹਾਲੇ ਮਸ਼ਵਰਾ ਕਰਨਾ ਬਾਪ ਦੇ ਨਾਲ ਹਾਲੇ ਜਾ ਕੇ ਸਲਾਹ ਕਰਨੀ ਏ ਬੀਵੀ ਦੇ ਨਾਲ ਮਸੀਹ ਤੇ ਕੁਛ ਹੈ ਦਿਆਂ ਕੇ ਨਾ ਦਿਆਂ ਮਤਾਂ ਘਰ ਵਾਲੀ ਕਿਤੇ ਘਰ ਜਾ ਕੇ ਡਾਂਟੇ ਨਾ ਮਸੀਹ ਤੇ ਮਨ ਕਿਉਂ ਐ ਮਤਾਂ ਘਰ ਵਾਲੀ ਸ਼ਾਮ ਨੂੰ ਖਾਣਾ ਨਾ ਦੇਵੇ ਮਸਜਿਦ ਚ ਇੰਨੀਆਂ ਬੋਰੀਆਂ ਕਿਉਂ ਲਿਖਾ ਛੱਡੀਆਂ ਈ ਆਏ ਸਦਕੇ ਜਾਵਾ ਓਏ ਸਰਕਾਰ ਦੇ ਯਾਰ ਹੀ ਸੁਣਨੀ ਧਿਆਨ ਦੇ ਨਾਲ ਆ ਫਰਮਾਨ ਲੱਗੇ ਲਿਆਓ ਲਿਆਓ ਮੈਨੂੰ ਪੈਸੇ ਜਮ੍ਹਾਂ ਕਰਵਾਓ ਹਜ਼ਰਤ ਦੇ ਯਾਰ ਉੱਠੇ ਜਨਾਬੇ ਫਾਰੂਕ ਆਜ਼ਮ ਰਜ਼ੀ ਅੱਲਾਹ ਤਾਲਾ ਅਨਹੁ ਇਹ ਕਹਿਣ ਲੱਗੇ ਮੈਂ ਰਾਹ 'ਚ ਸੋਚਿਆ ਓਏ ਉਮਰ ਅੱਜ ਅਬੂ ਬਕਰ ਨੂੰ ਅੱਗੇ ਨਹੀਂ ਜਾਣ ਦੇਣਾ ਅੱਜ ਮੈਂ ਲੰਘ ਜਾਣਾ ਉਮਰ ਜੀ ਤੁਹਾਨੂੰ ਕੀ ਪਤਾ ਅਬੂ ਬਕਰ ਤੋਂ ਅੱਗੇ ਕੌਣ ਜਾ ਸਕਦਾ ਹੈ ਉਮਰ ਜੀ ਤੁਹਾਨੂੰ ਕੀ ਪਤਾ ਹੈ ਅਬੂ ਬਕਰ ਤੋਂ ਅੱਗੇ ਕੌਣ ਜਾ ਸਕਦਾ ਹੈ ਨਬੀ ਅਲੈਹ ਸਲਾਮ ਦੇ ਸਾਹਮਣੇ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਨੂੰ ਇਹਨਾਂ ਘਰ ਦਾ ਸਾਰਾ ਸਮਾਨ ਇਕੱਠਾ ਕਰ ਲਿਆ ਸਾਰਾ ਸਮਾਨ ਇਹਨਾਂ ਇਕੱਠਾ ਕਰਕੇ ਅੱਧਾ ਘਰੇ ਛੱਡ ਦਿੱਤਾ ਅੱਧਾ ਵੱਡੀ ਚੰਗੀ ਬੜੀ ਪੰਡ ਬਣ ਕੇ ਚੰਗੀ ਵੱਡੀ ਪੰਡ ਨਬੀ ਅਲੈਹ ਸਲਾਮ ਦੇ ਸਾਹਮਣੇ ਲੈ ਆਉਂਦੀ ਦੇ ਪੈਨੇ ਇੱਕ ਬਜ਼ੁਰਗ ਜਿਹਾ ਬੰਦਾ ਏ ਉਹ ਇੱਕ ਸ਼ਰੀਫ ਤਬਾ ਜਿਹਾ ਬੰਦਾ ਏ ਇਹਨੇ ਛੋਟੀ ਜੀ ਗਲਣੀ ਬੰਨੀ ਆਪਣੇ ਸਿਰ ਤੇ ਰੱਖੀ ਫਾਰੂਕ ਆਜ਼ਮ ਰਜ਼ੀ ਅੱਲਾਹ ਤਾਲਾ ਅਨਹੁ ਨਿੱਕਾ ਨਿੱਕਾ ਮੁਸਕਰਾਉਣ ਲੱਗ ਪਏ ਅੱਜ ਮੁਕਾਬਲੇ ਹੋ ਜਾਣਗੇ ਅੱਜ ਮੁਕਾਬਲੇ ਹੋ ਜਾਣਗੇ ਅੱਜ ਪਤਾ ਲੱਗੇਗਾ ਜ਼ਿਆਦਾ ਸਮਾਨ ਕੌਣ ਲੈ ਕੇ ਆਇਆ ਓਏ ਸਦਕੇ ਜਾਵਾਂ ਅਬੂ ਬਕਰ ਸਿੱਦੀਕ ਰਜ਼ੀ ਅੱਲਾਹ ਤਾਲਾ ਅਨਹੁ ਇਹਨਾਂ ਸਮਾਨ ਚੁੱਕਿਆ ਤੇ ਵੀ ਲੈ ਆਂਦਾ ਆ ਫਰਮਾਨ ਲੱਗੇ ਓਏ ਮੇਰਾ ਯਾਰ ਉਮਰ ਕੀ ਲੈ ਕੇ ਆਇਆ ਉਮਰ ਯਾਰ ਕੀ ਲੈ ਕੇ ਆਇਆ ਉਮਰ ਨੇ ਬੜੇ ਫਖਰ ਦੇ ਨਾਲ ਆਖਿਆ ਸੋਹਣਿਆ ਸਾਰਾ ਸਮਾਨ ਇਕੱਠਾ ਕਰਕੇ ਅੱਧਾ ਤੁਹਾਡੀ ਖਿਦਮਤ 'ਚ ਪੇਸ਼ ਕਰ ਦਿੱਤਾ ਥੋੜੀ ਬਹਾਦਰੀ ਏ ਤੇ ਇਸ ਪਾਸੇ ਆਓ ਥੋੜੀ ਬਹਾਦਰੀ ਅੱਲਾ ਹੁਣ ਨਾ ਜੇਬ 'ਚ 100 ਰੁਪਏ ਵੀ ਮੌਲਵੀ ਸਾਹਿਬ ਆਖੀ ਜਾਣ ਵੀ ਮਸਜਿਦ ਦਾ ਬਿੱਲ ਹੈ ਚਲੋ 100 ਦੇ ਦਿਓ ਉਹਨੇ ਕਈਆਂ ਨੇ ਨਿਗਾਹ 5 ਵਾਰੀ ਮਾਰੇ 10 ਕਿਹੜੀ ਜੇਬ 'ਚ ਨੇ ਨਿਗਾਹ 5 ਵਾਰੀ ਕਦੀ ਜੇਬ ਆ ਵੇਖਣੀ ਕਦੀ ਆ ਵੇਖਣੀ ਵੀ 10 ਕਿਹੜੀ ਜੇਬ 'ਚ ਇੱਥੇ 10 ਦਿਆਂ ਤੇ ਫਿਰ ਗੱਲ ਏ ਅੱਲਾ ਕੁਰਾਨ ਨੇ ਸ਼ਰਤ ਲਾਈ ਤੇ ਕਿਸੇ ਗੱਲ ਨਾ ਲਈ ਉਵੇਂ ਹੀ ਮਾਨ ਲਓ ਜਿਵੇਂ ਸਹਾਬਾ ਹੀ ਮਾਨ ਲਿਆ ਸੀ ਕੁਰਾਨ ਨੇ ਸ਼ਰਤ ਲਾ ਛੱਡੀ ਸੀ
ਨਬੀ ਅਲੈਹਿ ਸਲਾਮ ਆਪਣੇ ਯਾਰ ਉਮਰ ਨੂੰ ਕਹਿਣ ਲੱਗੇ, ਉਮਰ ਯਾਰ ਕੀ ਲੈ ਕੇ ਆਇਆ ਏ? ਉਹਨਾਂ ਬੜੇ ਫਖਰ ਦੇ ਨਾਲ, ਨੇਕੀ ਦੇ ਕੰਮ 'ਚ ਫਖਰ ਕਰਨਾ ਜਾਇਜ਼ ਏ, ਰਸ਼ ਕਰਨਾ ਜਾਇਜ਼ ਨੇਕੀ ਦੇ ਕੰਮ 'ਚ। ਇੱਕ ਬੰਦੇ ਨੇ ਆਖਿਆ ਮੈਂ 1000 ਇੱਟ ਦੇਣੀ, ਮੈਂ 2000 ਦਿਆਂ। ਇੱਕ ਬੰਦਾ ਕੁਰਾਨ ਪੜ੍ਹਦਾ 1 ਘੰਟਾ, ਮੈਂ 2 ਘੰਟੇ ਪੜ੍ਹਾਂ। ਯਾਨੀ ਨੇਕੀ ਦੇ ਕੰਮ 'ਚ ਨਾ ਰਸ਼ ਕਰਨਾ ਜਾਇਜ਼, ਇਨਸਾਨ ਕਰ ਸਕਦਾ, ਅੱਲਾ ਸਾਨੂੰ ਕਰਨ ਦੀ ਤੌਫੀਕ ਦੇ। ਨਬੀ ਅਲੈਹਿ ਸਲਾਮ ਕਹਿਣ ਲੱਗੇ, ਉਮਰ ਯਾਰ ਕੀ ਲੈ ਕੇ ਆਇਆ ਏ? ਆਦਰੇ ਸੋਹਣਿਆ, ਅੱਧਾ ਸਮਾਨ, ਸਾਰਾ ਘਰ ਦਾ ਸਮਾਨ ਇਕੱਠਾ ਕਰਕੇ ਅੱਧਾ ਲੈ ਕੇ ਆਇਆ, ਤੇ ਮੇਰੇ ਮੁਸਤਫਾ ਨੇ ਨਜ਼ਰਾਂ ਚੁੱਕੀਆਂ ਆਪਣੇ ਯਾਰ ਅਬੂ ਬਕਰ ਦੇ ਵੱਲੇ। ਆ ਫਰਮਾਨ ਲੱਗੇ, ਅਬੂ ਬਕਰ ਪਿਆਰਿਆ, ਤੂੰ ਕੀ ਲੈ ਕੇ ਆਇਆ ਏ? ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਅਨਹੁ ਰੋਣ ਲੱਗ ਪੈਣੇ। ਆ ਫਰਮਾਉਂਦੇ ਨੇ, ਅਬੂ ਬਕਰ ਯਾਰ ਕੀ ਲੈ ਕੇ ਆਇਆ ਏ? ਆਦਰੇ ਸੋਹਣਿਆ, ਮੈਂ ਤੇ ਦੀਵਾਰਾਂ ਦੇ ਨਾਲ ਸਾਰਿਆਂ ਵੇਖਣਾ ਮੇਰੇ ਵੱਲੇ, ਅਬੂ ਬਕਰ ਕਿਹੜੀ ਸ਼ਖਸੀਅਤ? ਹੱਥ ਨਾਲ ਇਸ਼ਾਰਾ ਕਰਕੇ ਕਹਿਣ ਲੱਗੇ, ਆਦਰੇ ਸੋਹਣਿਆ, ਮੈਂ ਦੀਵਾਰਾਂ ਦੇ ਨਾਲ ਹੱਥ ਮਾਰਦਾ ਰਿਹਾ ਵਾਂ, ਉਮਰ ਤੋਂ ਲੇਟ ਤਾਂ ਹੋ ਗਿਆ ਵਾਂ, ਉਮਰ ਤਾਂ ਪਹਿਲੋਂ ਆ ਗਏ ਨੇ, ਮੈਂ ਦੀਵਾਰਾਂ ਦੇ ਨਾਲ ਹੱਥ ਵੀ ਮਾਰਦਾ ਰਿਹਾ ਵਾਂ। ਓਏ ਅਬੂ ਬਕਰ, ਅੱਜ ਘਰ ਦੇ ਅੰਦਰ ਕੋਈ ਸੂਈ ਵੀ ਦੀਵਾਰ ਦੇ ਨਾਲ ਨਾ ਲੱਗੀ ਰਹਿ ਜਾਵੇ, ਮੈਂ ਦੀਵਾਰ ਦੇ ਨਾਲ ਹੱਥ ਮਾਰਦਾ ਰਿਹਾ ਤਾਂ ਲੇਟ ਹੋ ਗਿਆ। ਮੇਰੇ ਪਾਕ ਮੁਹੰਮਦ ਫਰਮਾਨ ਲੱਗੇ, ਸੱਲੱਲਾਹੁ ਅਲੈਹਿ ਵਸੱਲਮ, ਓਏ ਅਬੂ ਬਕਰ ਜੀ, ਘਰ ਛੱਡ ਕੇ ਕੀ ਆਇਆ ਏ? ਆਦੇ ਸੋਹਣਿਆ, ਅੱਲਾਹ ਤੇ ਉਹਦੇ ਰਸੂਲ ਦੀ ਮੁਹੱਬਤ ਸਾਰਾ ਕੁਛ ਹੀ ਲੈ ਆਂਦਾ। ਓਏ ਇਹਨੂੰ ਆਂਦੇ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਅਨਹੁ, ਅੱਗੇ ਤੈਨੂੰ ਲੈ ਚੱਲਾਂ। ਇਹ ਅਬੂ ਬਕਰ ਕੌਣ ਨੇ? ਨਬੀ ਅਲੈਹਿ ਸਲਾਮ ਇੱਕ ਦਿਨ ਆਪਣੇ ਯਾਰਾਂ ਨੂੰ ਫਰਮਾਉਣ ਲੱਗੇ, ਆ ਫਰਮਾਉਣ ਲੱਗੇ, ਤੁਹਾਡੇ ਵਿੱਚੋਂ ਅੱਜ ਕੌਣ ਨੇ ਜਿਹਨੇ ਕਿਸੇ ਮਿਸਕੀਨ ਨੂੰ ਖਾਣਾ ਖਿਲਾਇਆ? ਓਏ ਸ਼ਾਮ ਕੋਟੀਆਂ ਸੁਣ ਲਈ ਧਿਆਨ ਨਾਲ, ਅੱਜ ਜੇ ਮੈਂ ਵੀ ਪੁੱਛ ਲਾਂ, ਹੋ ਸਕਦਾ ਤੁਹਾਡੇ ਚੋਂ ਇੱਕ ਬੰਦਾ ਵੀ ਖਲੀਫਾ ਨਾ ਕਰੇ। ਨਬੀ ਅਲੈਹਿ ਸਲਾਮ ਫਰਮਾਨ ਲੱਗੇ, ਉਹ ਤੁਹਾਡੇ ਚੋਂ ਕੌਣ ਹੈ ਜਿਨੇ ਅੱਜ ਕਿਸੇ ਮੁਸਲਮਾਨ ਨੂੰ ਖਾਣਾ ਖਿਲਾਇਆ? ਉਹ ਸਦਕੇ ਜਾਵਾਂ, ਉੱਚੀ ਬਾਹ ਵੇਖੀ ਅਬੂ ਬਕਰ ਸਿੱਦੀਕ ਨੇ ਕੀਤੀ, ਆਦਰੇ ਸੋਹਣਿਆ, ਮੈਂ ਖਾਣਾ ਖਿਲਾ ਕੇ ਆਇਆ। ਆ ਫਰਮਾਨ ਲੱਗੇ, ਤੁਹਾਡੇ ਵਿੱਚੋਂ ਅੱਜ ਰੋਜ਼ਾ ਕਿਨੇ ਰੱਖਿਆ? ਆਦਰੇ ਸੋਹਣਿਆ, ਰੋਜ਼ਾ ਵੀ ਮੈਂ ਰੱਖਿਆ। ਆ ਫਰਮਾਨ ਲੱਗੇ, ਤੁਹਾਡੇ ਵਿੱਚੋਂ ਜਨਾਦਾ ਮੁਸਲਮਾਨ ਦਾ ਕਿੰਨੇ ਪੜਿਆ? ਆਦਰੇ ਸੋਹਣਿਆ, ਜਨਾਦਾ ਵੀ ਮੈਂ ਪੜਿਆ। ਉਹ ਕੌਣ ਅਬੂ ਬਕਰ ਜਿੰਦੇ ਬਾਰੇ ਨਬੀ ਅਲੈਹਿ ਸਲਾਮ ਜੰਨਤ ਦੀਆਂ ਬਿਸ਼ਾਰਤਾਂ ਸੁਣਾ ਰਹੇ? ਆ ਫਰਮਾਨ ਲੱਗੇ, ਜੰਨਤ ਦੇ 8 ਦਰਵਾਜ਼ੇ, ਇਹਨਾਂ ਨੂੰ ਅੱਲਾਹ ਪਾਕ ਓਏ ਫਲਾਣੇ ਫਲਾਣੇ ਅਮਲਾਂ ਕਰਨ ਵਾਲੇ ਜੰਨਤ ਦੇ ਉਸ ਦਰਵਾਜ਼ੇ ਚੋਂ ਲੰਘ ਜਾਣਗੇ। ਓਏ ਸਦਕੇ ਜਾਵਾਂ, ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਇਹ ਕਹਿਣ ਲੱਗੇ, ਸੋਹਣਿਆ, ਕਿਆ ਤੁਹਾਡੀ ਉਮਤ ਵਿੱਚੋਂ ਕੋਈ ਐਸਾ ਬੰਦਾ ਖੁਸ਼ ਨਸੀਬ ਹੈ ਜਿਹਨੂੰ ਜੰਨਤ ਦੇ 8 ਦਰਵਾਜ਼ਿਆਂ ਚੋਂ ਆਵਾਜ਼ਾਂ ਆਉਣਗੀਆਂ? ਆ ਫਰਮਾਨ ਲੱਗੇ, ਓਏ ਮੇਰਾ ਯਾਰ ਅਬੂ ਬਕਰ, ਤੂੰ ਹੀ ਹੈ, ਤੈਨੂੰ ਜੰਨਤ ਦੇ 8 ਦਰਵਾਜ਼ਿਆਂ ਤੋਂ ਆਵਾਜ਼ਾਂ ਲੱਗਣਗੀਆਂ। ਇਹ ਕੌਣ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਅਨਹੁ? ਮੇਰੇ ਪਾਕ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਵਫਾਤ ਤੋਂ ਬਾਅਦ ਇਹ ਖਿਲਾਫਤ ਦੇ ਬੋਝ ਇਹਨਾਂ ਦੇ ਕੰਧਿਆਂ ਤੇ ਆ ਚੁੱਕੇ। ਇਹ ਕੌਣ ਅਬੂ ਬਕਰ? ਲੋਕਾਂ ਤੇ ਰਹਿਮ ਕਰਨ ਵਾਲਾ ਅਬੂ ਬਕਰ ਸਿੱਦੀਕ ਮਦੀਨੇ ਦੇ ਬਾਜ਼ਾਰਾਂ ਦੇ ਅੰਦਰ, ਮਦੀਨੇ ਦੀਆਂ ਗਲੀਆਂ ਦੇ ਅੰਦਰ ਇੱਕ ਜਨਾਜ਼ਾ ਜਾ ਰਿਹਾ ਮਦੀਨੇ ਦੇ ਅੰਦਰ। ਓਏ ਸੁਣ ਲਓ ਧਿਆਨ ਦੇ ਨਾਲ, ਇਹ ਮਦੀਨੇ ਦੀਆਂ ਗਲੀਆਂ ਦੀ ਗੱਲ ਸੁਣਾਉਣ ਲੱਗਾ। ਮਦੀਨੇ ਦੇ ਬਾਜ਼ਾਰਾਂ ਦੇ ਅੰਦਰ ਇੱਕ ਜਨਾਜ਼ਾ ਜਾ ਰਿਹਾ। ਓਏ ਜਨਾਜ਼ਾ ਕਿੰਦਾ ਜਾ ਰਿਹਾ? ਓਏ ਕਿੰਨੇ ਮੁਕੱਦਰਾਂ ਵਾਲੇ ਉਹ ਲੋਕ ਜਿਨ੍ਹਾਂ ਦੇ ਜਨਾਜ਼ੇ ਮਦੀਨੇ 'ਚ ਉੱਠਦੇ ਹੋਣਗੇ।
अल्लाह दुआ मंगो अल्लाह सानू भी मौत मदीने शहर च देवे। उची आमीन आख। मैं एक थां ते ना दुआ मंग दीती, या अल्लाह सानू इहराम दी हालत तवाफ करदे आ मौत दी। कई बंदे बड़े कपत्ते होंदे ने, बड़े गर्म सिर फिरे एवें दुआ। हाफिज़ साहब एक सवाल करना, मैं दो कर लै दुआ जो मंगी हो भी अल्लाह हैराम की हालत च तवाफ करदे आ मौत आवे, ये भला कोई दुआ है? मैं कहा जी मैं गल समझिया नहीं। आंदा उत्थे इन्ना रश है, जिहड़ा उत्थे मर गया उत्थे खत्म, वह तो थले पैरां थले आ गया, रुल गया, वह कोई मौत है? मैं क्या इंसान जो जिनी अकल होगी उन्नी गल ही करता है। तुम मैं ईमान नाल दसो इहराम की हालत और बंदे की जबान से लबैक सामने अखा दे बैतुल्ला होए, जिन्हों जो उत्थे मौत आ जाए उन्हें रब को लेना की? इहराम की हालत जिन्हों जो मौत आ गई, इहराम की हालत सरकार ने फरमाया क्यामत नू जिहड़ा इहराम की हालत च फौत होया इहनू कफन नहीं पहनाना, वह दो चादर इहराम दियां सरकार ने फरमाया लपेट के इवें दफना दिओ। इंदा सिर नंगा सी, सिर इहराम की हालत सरकार ने आखिया इहराम की हालत च फौत हो गया, इंदे सिर ते कपड़ा नहीं देना। महबूबा कादे वास्ते? सरकार ने फरमाया कबर चो आएगा तो लबैक लबैक कहिंदा बार आएगा। अल्लाह सानू भी ऐसी मौत नसीब फरमा दे। हजरत अबू बकर सिद्दीक रज़ी अल्लाह तआला अन्हु इन्ना सवा दो साल खिलाफत कीतियां ने मदीने शहर अंदर, सवा दो साल इन्हां दी खिलाफत दे दौरान हजरत उमर फारूक रज़ी अल्लाह तआला अन्हु कह लगे एक बुढ़ी अम्मा मेरा दिल कीता मैं अम्मा नाल प्यार करा, अम्मा नाल हमदर्दी करा, ओए शाम गोटिया तू भी बाबे नाल प्यार करया कर, बुढ़िया मावां नाल प्यार करया कर, जे चन अल्लाह इज्जत दे दे इन्हां बुढ़िया दा इहतराम करया कर, इन्हां बुढ़िया कोलों नफरत ना करया कर। जनाबे फारूक आजम रज़ी अल्लाह तआला अन्हु ये कहन लगे मैं रोज मैं सोचया रात टाइम जाके अम्मा दी मैं खिदमत करांगा, कहन लगे जे मैं रात जाके वेख्या ते अम्मा दी सफाई पहलों ही किसे ने कर दीती है, मैं बड़ा परेशान उमर तू ते अद्धी रात वेले आ गए, ए तेरे तो पहला आन वाला कौन है? ये कहन लगे मैं अगला दिन फिर पिया ते आया, अम्मा दा पानी भरिया पे अम्मा ने सफाई की थी, अम्मा दी सफाई घर दी सफाई। कहन लगे मैं बड़ा परेशान अगला दिन पिया मैं छुप के बह गया, अज वेखा आन वाला कौन है? ओ शाम कोटियां सुन ली ते आन नाल अद्धी रात तो पहले दा टाइमिंग, एक नौजवान ए मदीने दिया गलियां च आ रहे, इन्हे रुमाल दे नाल इन्हे कपड़े दे नाल अपना मुंह छुपा के, इन्हे मड़ासा मार लिया इन्हे मुंह छुपा के अम्मा दे घर वाले आ रहे। फारूक आजम कहन लगे जे मैं करीब होके वेख्या ते हुक्मरान हजरत अबू बकर सिद्दीक आ रहे ने रज़ी अल्लाह तआला अन्हु, ओए लोकां नाल हमदर्दी करया कर, ओए अबू बकर सिद्दीक रज़ी अल्लाह तआला अन्हु ए भी हमदर्दी ते खैर खाई करन वाले, आखरी टाइम आ गया ने अपनी बेटी आयशा सिद्दीका रज़ी अल्लाह तआला अन्हा, ए अबू बकर सिद्दीक दी लखत जिगर अपनी बेटी आयशा नूं बुला के कहन लगे, ओए सुन लो ध्यान दे नाल, ओए टाइम वफावां ने कीतियां वरना दसदा मैं सिद्दीक कौन है? हुण आखरी गल्लां सुन लो ध्यान नाल, अपनी बेटी आयशा नूं बुला के कहन लगे, नी बेटी आयशा हुण मैं दुनिया फानी तो जान लगा, नी बेटी आयशा जे मैं फौत हो जावां ऐ मेरे गल वाले कपड़े, नी बेटी आयशा इन्हां नूं धो के इन्हां विच ही मैनूं कफन पहना देना, ते साडी मां जी आयशा सिद्दीका
ਰਜ਼ੀ ਅੱਲਾਹੁ ਤਾਲਾ ਅਨਹਾ ਇਹ ਰੋਣ ਲੱਗ ਪਈਆਂ ਨੇ। ਇਹਤੇ ਤੁਹਾਨੂੰ ਪਤਾ ਨਾ ਕਿੰਨਾ ਪਿਆਰ ਹੁੰਦਾ ਧੀਆਂ ਨੂੰ ਆਪਣੇ ਅੱਬੂ ਦੇ ਨਾਲ। ਇਹਤੇ ਤੁਹਾਨੂੰ ਪਤਾ ਹੀ ਨਾ ਅੰਮਾ ਜੀ ਆਇਸ਼ਾ ਸਿੱਦੀਕਾ ਰੋ ਪਈਆਂ, ਕਹਿਣ ਲੱਗੀਆਂ ਅੱਬੂ ਜੀ ਉਹ ਸਾਡੇ ਕੋਲ ਇੰਨੇ ਵੀ ਪੈਸੇ ਨਹੀਂ, ਅਸੀਂ ਜਾਣ ਲੱਗੇ ਆਪਣੇ ਅੱਬੂ ਨੂੰ ਕਫਨੀ ਨਵਾਂ ਪਹਿਨਾ ਲਈ। ਆ ਫਰਮਾਨ ਲੱਗੇ ਨੀ ਬੇਟੀ ਆਇਸ਼ਾ ਪੈਸਿਆਂ ਦੀ ਗੱਲ ਨਹੀਂ, ਨੀ ਬੇਟੀ ਆਇਸ਼ਾ ਕੱਪੜਿਆਂ ਦੀ ਗੱਲ ਨਹੀਂ, ਅਸਲ ਚ ਗੱਲ ਇਹ ਬੇਟੀ ਆਇਸ਼ਾ ਐ ਨਵੇਂ ਕੱਪੜਿਆਂ ਦੀ ਲੋੜ ਇਹ ਜ਼ਿੰਦਾ ਬੰਦਿਆਂ ਨੂੰ ਹੁੰਦੀ। ਬੇਟੀ ਆਇਸ਼ਾ ਨਵੇਂ ਲਿਬਾਸ ਦੀ ਲੋੜ ਇਹ ਜ਼ਿੰਦਾ ਬੰਦਿਆਂ ਨੂੰ ਲੋੜ ਹੁੰਦੀ। ਬੇਟੀ ਆਇਸ਼ਾ ਜੇ ਮੇਰੇ ਅਮਲ ਚੰਗੇ ਹੋਏ ਤੇ ਅੱਲਾ ਜੰਨਤ ਦੇ ਰੇਸ਼ਮੀ ਲਿਬਾਸ ਪਹਿਨਾ ਦੇਣਗੇ। ਨੀ ਬੇਟੀ ਐਸ਼ਾ ਐ ਨਵੇਂ ਕੱਪੜਿਆਂ ਦੀ ਲੋੜ ਇਹ ਜ਼ਿੰਦਾ ਬੰਦਿਆਂ ਨੂੰ ਆਉਂਦੀ। ਨੀ ਬੇਟੀ ਮੈਨੂੰ ਇਹਨਾਂ ਕੱਪੜਿਆਂ ਅੰਦਰ ਹੀ ਮੈਨੂੰ ਦਫਨਾ ਦੇਣਾ। ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਅਨਹੁ ਇਹਨਾਂ ਦਾ ਜਨਾਜ਼ਾ ਮਦੀਨੇ ਦੇ ਬਾਜ਼ਾਰ 'ਚ ਜਾ ਰਹੇ। ਅੱਲਾਹ ਜਿੰਨੇ ਆਏ ਨੇ ਮਦੀਨਾ ਵਿਖਾ ਦੇ। ਇੱਕ ਮਕਾਨ ਦਾ ਦਰਵਾਜ਼ਾ ਖੁੱਲਿਆ, ਅੰਦਰੋਂ ਨਿੱਕੇ ਨਿੱਕੇ ਬੱਚੇ ਬਾਹਰ ਆ ਗਏ। ਇਹ ਕਹਿਣ ਲੱਗੇ ਜਨਾਜ਼ਾ ਇੱਥੇ ਰੱਖਣਾ। ਹਜ਼ਰਤ ਫਾਰੂਕ ਆਜ਼ਮ ਰਜ਼ੀ ਅੱਲਾਹੁ ਤਾਲਾ ਅਨਹੁ ਕਿਉਂਕਿ ਖਿਲਾਫਤ ਬੋਝ ਇਹਨਾਂ ਦੇ ਕੰਧਿਆਂ ਤੇ ਆ ਚੁੱਕੇ ਸਨ। ਇਹ ਜਲਦੀ ਨਾਲ ਹੀ ਅੱਗੇ ਬੜੇ, ਇਹਨਾਂ ਬੱਚਿਆਂ ਨੂੰ ਕਹਿਣ ਲੱਗੇ ਹੋਏ ਬੱਚੇ ਜੇ ਮੇਰੇ ਯਾਰ ਦੇ ਕੋਲੋਂ ਕੋਈ ਐਸਾ ਬੋਲ ਬੋਲਿਆ ਗਿਆ ਹੈ ਇਹਨੂੰ ਅੱਲਾਹ ਵਾਸਤੇ ਹੀ ਮੁਆਫ ਕਰ ਦਿਓ। ਇਹ ਬੱਚੇ ਕਹਿਣ ਲੱਗੇ ਫਾਰੂਕ ਆਜ਼ਮ ਜੀ ਐਸਾ ਕੋਈ ਮਾਮਲਾ ਨਹੀਂ। ਇੰਨੀ ਦੇਰ ਨੂੰ ਇੱਕ ਹਸਤੀ ਹੱਗੇ ਹੋਰ ਆਣਾ ਚਾਹੁੰਦੀ, ਇਹਨੂੰ ਹਜ਼ਰਤ ਉਸਮਾਨ ਆਖਿਆ ਜਾਂਦਾ। ਉਹ ਸਭ ਕਹਿ ਦਿਓ ਰਜ਼ੀ ਅੱਲਾਹੁ ਤਾਲਾ ਅਨਹੁ ਇਹਨਾਂ ਦੀ ਅੱਖਾਂ 'ਚ ਇੰਨਾ ਪਾਣੀ ਆ ਰਿਹਾ ਏ, ਇੰਨਾ ਪਾਣੀ ਆ ਰਿਹਾ ਏ। ਲਿਖਣ ਵਾਲਿਆਂ ਲਿਖਿਆ ਐ ਦਾੜੀ ਵਿੱਚ ਪਾਣੀ ਆ ਕੇ, ਐ ਦਾੜੀ ਦੇ ਵਿੱਚੋਂ ਪਾਣੀ ਜ਼ਮੀਨ ਤੇ ਡਿੱਗ ਰਿਹਾ, ਅੱਖਾਂ 'ਚ ਇੰਨਾ ਪਾਣੀ ਆ ਰਿਹਾ। ਉਹ ਯਾਰਾਂ ਦੀ ਜੁਦਾਈ ਪੈ ਅੱਖਾਂ ਢੋਲੀ ਪੈਂਦੀਆਂ। ਹਜ਼ਰਤ ਉਸਮਾਨ ਅੱਗੇ ਆ ਕੇ ਕਹਿਣ ਲੱਗੇ ਇਹਨਾਂ ਬੱਚਿਆਂ ਨੂੰ ਕਹਿਣ ਲੱਗੇ ਓਏ ਪੁੱਤਰ ਉਹ ਇੱਕ ਵਾਰ ਮੇਰੇ ਵੱਲੇ ਵੇਖੋ ਮੈਂ ਉਸਮਾਨ, ਇੱਕ ਵਾਰ ਮੇਰੇ ਵੱਲੇ ਤੱਕੋ ਮੈਂ ਕੌਣ। ਇਹ ਬੱਚਿਆਂ ਨੇ ਉਦਾਂ ਵੇਖਿਆ, ਆ ਕਹਿਣ ਲੱਗੇ ਤੁਸੀਂ ਹਜ਼ਰਤ ਉਸਮਾਨ। ਅਦਰੇ ਬੱਚੇ ਹੋ ਕੌਣ ਨਹੀਂ ਜਾਣਦਾ ਮੈਨੂੰ ਉਸਮਾਨ, ਜੇ ਮੇਰੇ ਯਾਰ ਦੇ ਨਾਲ ਕੋਈ ਲੈਣ ਦੇਣ ਦਾ ਮਾਮਲਾ, ਜੇ ਮੇਰੇ ਯਾਰ ਦੇ ਨਾਲ ਕੋਈ ਕਰਜ਼ੇ ਲੈਣ ਦੇਣ ਦਾ ਮਾਮਲਾ, ਇੱਕ ਵਾਰ ਇਸ਼ਾਰਾ ਕਰੋ ਮੈਂ ਆਪਣੇ ਯਾਰ ਦੀ ਚਾਰ ਪਾਈ ਨੂੰ ਹੱਥ ਲਾਉਣ ਤੋਂ ਪਹਿਲਾਂ ਆਪਣੇ ਯਾਰ ਦੇ ਸਾਰੇ ਕਰਦੇ ਉਤਾਰ ਦੇਣਾ, ਲੇਕਿਨ ਇਵੇਂ ਨਾ ਕਰੋ ਸਾਨੂੰ ਜਨਾਜ਼ਾ ਉਠਾਉਣ ਦਿਓ। ਇਹ ਬੱਚੇ ਰੋਈ ਜਾਂਦੇ ਨੇ, ਚੀਖਾਂ ਮਾਰੀ ਜਾਂਦੇ। ਇਹ ਬੱਚੇ ਕਹਿਣ ਲੱਗੇ ਨੇ ਹਜ਼ਰਤ ਐਸਾ ਵੀ ਕੋਈ ਮਾਮਲਾ ਨਹੀਂ, ਅਸਲ ਦੇ ਵਿੱਚ ਗੱਲ ਹੋ ਰਹੀ। ਆ ਫਰਮਾਨ ਲੱਗੇ ਕਿਹੜੀ ਗੱਲ। ਇਹ ਬੱਚੇ ਚੀਖਾਂ ਮਾਰ ਮਾਰ ਕੇ ਕਹਿਣ ਲੱਗੇ ਉਮਰ ਜੀ ਸੁਣ ਲਓ, ਉਸਮਾਨ ਵਾਲੀ ਜੀ ਸੁਣ ਲਓ, ਅਸਲ ਚ ਗੱਲ ਇਹ ਅਸੀਂ ਯਤੀਮ ਅਸੀਂ ਮਿਸਕੀਨ, ਉਹ ਸਾਡੇ ਸਿਰ ਤੇ ਬਾਪ ਕਮਾ ਕੇ ਖਵਾਉਣ ਵਾਲਾ ਕੋਈ ਨਹੀਂ, ਅਸੀਂ ਯਤੀਮ ਅਸੀਂ ਗਰੀਬ। ਇਹ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਅਨਹੁ ਇਹ ਕਮਾ ਕਮਾ ਕੇ ਸਾਨੂੰ ਖਵਾਉਂਦੇ ਸਨ, ਅੱਜ ਸਾਨੂੰ ਪੁੱਛ ਲੈਣ ਦਿਓ ਸਾਨੂੰ ਕਿੰਦੇ ਹਵਾਲੇ ਕਰਕੇ ਜਾ ਰਿਹਾ ਹੈ। ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹੁ ਤਾਲਾ ਅਨਹੁ ਇਹ ਕਹਿਣ ਲੱਗੇ ਅੱਜ ਸਾਨੂੰ ਪਤਾ ਲੱਗਾ ਏ ਇਹਨਾਂ ਬੱਚਿਆਂ ਨਾਲ ਪਿਆਰ ਕਰਨ ਵਾਲੇ ਅਬੂ ਬਕਰ ਸਿੱਦੀਕ ਸਨ। ਅੱਲਾ ਸਾਨੂੰ ਵੀ ਐਸੇ ਅਮਲ ਕਰਨ ਦੀ ਤੋਫੀਕ ਅਤਾ ਫਰਮਾਏ। ਅਸੀਂ ਜਿੰਨੀ ਦੇਰ ਤੱਕ ਕਿਸੇ ਮਾੜੇ ਨੂੰ 1000 ਦੇ ਕੇ ਦਸਾਂ ਨੂੰ ਨਾ ਦੱਸੀਏ ਸਾਨੂੰ ਸਕੂਨ ਨਹੀਂ ਆਉਂਦਾ। ਕਿਸੇ ਗਰੀਬ ਨੂੰ ਮਨ ਆਟਾ ਦੇ ਕੇ ਢੋਲ ਘੁੱਟਣਾ ਸਾਰੇ ਸ਼ਾਮ ਕੋਟ 'ਚ, ਡਰ ਜਾ ਅੱਲਾ ਦੇ ਗਜ਼ਬ ਕੋਲੋਂ। ਨੇਕੀ ਕਰਨਾ ਤੇ ਉਹਦੇ 'ਤੇ ਪਰਦਾ ਪਾਇਆ ਕਰ, ਕਿਸੇ ਮਾੜੇ 'ਤੇ ਰਹਿਮ ਕਰਨਾ। ਦੱਸਣਾ ਕਿਉਂ ਹੈ, ਦੱਸਣ ਵਾਸਤੇ ਕਰਨ ਡਿਆ ਨਾ, ਦੱਸਣ ਵਾਸਤੇ। ਮੇਰੀ ਬੱਲੇ ਬੱਲੇ ਹੋਵੇ ਜੀ, ਬੜਾ ਹਾਜੀ ਸਖੀ, ਬੜਾ ਫਲਾਣਾ ਮਲਕ, ਬੜਾ ਸਖੀ ਫਲਾਣਾ ਸ਼ੇਖ ਸਾਹਿਬ ਤੇ ਮਾਸ਼ਾਅੱਲਾ ਬਣਦਾ ਹੀ ਬੜਾ ਹੈ, ਜਿਹੜਾ ਫਲਾਣਾ ਦਾ ਮਾਸ਼ਾਅੱਲਾ ਬੜਾ ਕੰਮ ਕਰ ਦਿੱਤਾ। ਉਸ ਤੋਂ ਬਾਅਦ ਆਉਂਦੀ ਜੋ ਤੂੰ ਚਾਹਨਾ ਸਾ ਮੈਂ ਕਰ ਦਿੱਤਾ ਅੱਲਾ। ਉਸ ਤੋਂ ਬਾਅਦ ਆਉਂਦੀ
सरकार का फरमान है, अल्लाह ने जो तू चाहना सा मैं कर दिता है, क्यामत वाले दिन मैं सब तो पहले जहन्नम तेनू सुटना है। की फायदा जे नेकियां करके जहन्नम नू गया ते की गया। अल्लाह साडे हाल तेरे फरमा दे, टाइम काफी हो गए। वा आखिर दावाना अलहम्दुलिल्लाह रब्बिल आलमीन।